ਦੋਸਤੋ ਤੁਸੀਂ ਦੇਖ ਰਹੇ ਹੋ ਬਾਕਸ ਆਫਿਸ ਗਿੱਲ ਤੇ ਅੱਜ ਗੱਲ ਕਰਦੇ ਹਾਂ ਦੋ ਪੰਜਾਬੀ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ਦੀ। ਇੱਕ ਹੈ ਨੀ ਮੈਂ ਸੱਸ ਕੁੱਟਣੀ 2 ਔਰ ਦੂਸਰੀ ਹੈ ਜੇ ਜੱਟ ਵਿਗੜ ਗਿਆ। ਇਹਨਾਂ ਦੋਹਾਂ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਵਰਲਡ ਵਾਈਡ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੇ ਜੱਟ ਵਿਗੜ ਗਿਆ, ਜਿਸ ਨੂੰ ਸਿਨੇਮਿਆਂ ਦੇ ਅੰਦਰ ਲੱਗਿਆ ਹੋਇਆ ਹੋ ਗਏ ਨੇ ਪੂਰੇ 32 ਦਿਨ। ਤੇ ਇਸ ਫਿਲਮ ਨੇ ਇੰਡੀਆ ਦੇ ਅੰਦਰੋਂ 3.73 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ ਔਰ ਓਵਰਸੀਜ਼ ਦੇ ਅੰਦਰੋਂ ਇਸ ਫਿਲਮ ਨੇ 1.97 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਤੇ ਇਸ ਤਰ੍ਹਾਂ ਵਰਲਡ ਵਾਈਡ ਟੋਟਲ ਇਸ ਫਿਲਮ ਨੇ 5.70 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ, ਜਦਕਿ ਇਸ ਮੂਵੀ ਦਾ ਜਿਹੜਾ ਬਜਟ ਹੈ ਉਹ ਹੈ 6 ਕਰੋੜ ਰੁਪਈਆ। ਤੇ ਉਸ ਨੂੰ ਦੇਖਦੇ ਹੋਏ ਫਿਲਮ ਹਜੇ ਤੱਕ ਐਵਰੇਜ ਵੀ ਨਹੀਂ ਹੈ ਹੋਈ। ਤੇ ਦੂਜੀ ਫਿਲਮ ਦੀ ਗੱਲ ਕਰਦੇ ਹਾਂ ਨੀ ਮੈਂ ਸੱਸ ਕੁੱਟਣੀ 2। ਇਸ ਫਿਲਮ ਨੂੰ ਸਿਨੇਮਿਆਂ ਦੇ ਅੰਦਰ ਲੱਗੀਆਂ ਹੋਈਆਂ ਹੋ ਗਏ ਨੇ ਪੂਰੇ 13 ਦਿਨ ਔਰ ਇਸ ਫਿਲਮ ਨੇ ਇੰਡੀਆ ਦੇ ਅੰਦਰੋਂ 3.71 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ ਔਰ ਓਵਰਸੀਜ਼ ਦੇ ਅੰਦਰੋਂ ਇਸ ਫਿਲਮ ਨੇ 86 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ। ਤੇ ਟੋਟਲ ਵਰਲਡ ਵਾਈਡ ਇਸ ਫਿਲਮ ਦਾ ਹੋ ਗਿਆ ਹੈ 4.57 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ, ਜਦਕਿ ਇਸ ਫਿਲਮ ਦਾ ਜਿਹੜਾ ਬਜਟ ਹੈ ਉਹ ਹੈ 4 ਕਰੋੜ ਰੁਪਈਆ। ਤੇ ਉਸ ਨੂੰ ਦੇਖਦੇ ਹੋਏ ਫਿਲਮ ਐਵਰੇਜ ਹੋ ਚੁੱਕੀ ਹੈ। ਤੇ ਮਿਲਨੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ। ਆਪਣਾ ਤੇ ਆਪਣੀ ਫੈਮਿਲੀ ਦਾ ਬਹੁਤ ਬਹੁਤ ਖਿਆਲ ਰੱਖਣਾ ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ।